ਸਤਿਕਾਰ ਮਿੱਤਰੋ, ਕੀ ਹਾਲ ਚਾਲ ਹੈ? ਕਰਦੇ ਨਵੇਂ ਵੀਡੀਓ ਦੀ ਸ਼ੁਰੂਆਤ। ਵੈਲਕਮ ਹੈ ਤੁਹਾਡਾ ਮੇਰੇ ਚੈਨਲ ਬਾਲਵਾ ਬੈਲਟ ਜ਼ੋਨ ਦੇ ਵਿੱਚ, ਜਿਹੜਾ ਕਿ ਤੁਹਾਡਾ ਵੀ ਚੈਲੰਜ ਹੈ ਅਤੇ ਪੂਰੀ ਫੁੱਲ ਸਪੋਰਟ ਕਰਨੀ ਹੈ ਮੇਰੇ ਵੀਰਿਓ। ਅਤੇ ਸਵੇਰ ਦਾ ਟਾਈਮ ਹੈ 9:01 ਹੋ ਗਿਆ ਅਤੇ ਆਪਾਂ ਚੱਲੇ ਹਾਂ ਅੱਜ ਤੁਹਾਡੇ ਵਾਸਤੇ ਵੀਡੀਓ ਬਣਾਉਣ। ਆਪਾਂ ਚੱਲੇ ਹਾਂ ਮੁਕਤਸਰ ਸਾਹਿਬ। ਮੁਕਤਸਰ ਸਾਹਿਬ ਜਿਹੜਾ ਹੈਗਾ, ਮਾਘੀ ਦਾ ਮੇਲਾ ਲੱਗਿਆ ਹੋਇਆ ਅਤੇ ਕਾਫੀ ਟਾਈਮ ਹੋ ਗਿਆ ਉਹਨੂੰ ਲੱਗੇ ਨੂੰ, ਅਤੇ ਆਪਾਂ ਨੂੰ ਇੱਕ ਦੋ ਕੰਮ ਵੀ ਹੈਗੇ ਆ ਅਤੇ ਜਿਹੜੇ ਆਪਾਂ ਉੱਥੇ ਕੰਮ ਵੀ ਨਿਬੇੜ ਲਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਮੇਲਾ ਵੀ ਘੁਮਾਵਾਂਗੇ ਅੱਜ ਆਪਾਂ। ਅਤੇ ਪਹਿਲਾਂ ਤਾਂ ਯਾਰ ਬਹੁਤ ਜ਼ਿਆਦਾ ਠੰਡ ਸੀਗੀ ਅਤੇ ਇਸ ਕਰਕੇ ਜਿਹੜਾ ਮੇਲਾ ਆਪਾਂ ਤੁਹਾਨੂੰ ਵਿਖਾਇਆ ਨਹੀਂ ਗਾ, ਪਰ ਹੁਣ ਜਿਹੜੀਆਂ ਧੁੱਪਾਂ ਨਿਕਲ ਆਈਆਂ ਅਤੇ ਹੁਣ ਆਪਾਂ ਤੁਹਾਨੂੰ ਮੇਲਾ ਦਿਖਾਵਾਂਗੇ। ਅਤੇ ਚਲੋ ਚਲੋ ਬੱਟਿਆਂ ਦਾ ਭਰਿਆ ਹੋਇਆ ਸਾਰਾ ਜਿਹੜਾ ਥੱਲੇ ਡਿੱਗ ਪਿਆ। ਅਤੇ ਹਾਂਜੀ ਦੋਸਤੋ, ਆਪਾਂ ਜਿਹੜੇ ਕੰਮ ਆਏ ਸੀਗੇ ਉਹ ਕੰਮ ਆਪਾਂ ਨਿਬੇੜ ਲਿਆ ਅਤੇ ਹੁਣ ਨਾ ਘਰ ਚਾਚਾ ਜੀ ਹੁਣੇ ਆਉਂਦੇ ਪਏ ਆ ਅਤੇ ਉਹਨਾਂ ਨੂੰ ਤੁਹਾਨੂੰ ਮੈਂ ਚਾਚਾ ਜੀ ਨਾਲ ਮਿਲਾਉਣਾ ਵਾ ਅਤੇ ਉਦੋਂ ਬਾਅਦ ਜਿਹੜਾ ਆਪਾਂ ਤੁਹਾਨੂੰ ਅੱਜ ਮੇਲਾ ਘੁਮਾਵਾਂਗੇ। ਹੋ ਸਕਦਾ ਮੈਂ ਚਾਚਾ ਜੀ ਦੇ ਨਾਲ ਤੁਹਾਨੂੰ ਮੇਲਾ ਘੁਮਾਵਾਂ, ਪਰ ਘੁਮਾਊਂਗਾ ਜ਼ਰੂਰ, ਤੇ ਵੇਟ ਕਰਿਓ। ਹਾਂਜੀ ਮਿੱਤਰੋ, ਹੋ ਗਿਆ ਆਪਾਂ ਵਿਹਲੇ ਅਤੇ ਹੁਣ ਆਪਾਂ ਘੁਮਾਉਣਾ ਤੁਹਾਨੂੰ ਮੇਲਾ ਜੋ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਹੋਇਆ ਸੀ। ਅਤੇ ਰੋਟੀ ਆਪਾਂ ਖਾ ਲਈ ਤਾਂ ਸੱਚੀ ਦੱਸਾਂ ਨਾ ਯਾਰ, ਮਾਤਾ ਨੇ ਜਿਹੜੀ ਰੋਟੀ ਬਣਾ ਕੇ ਭੇਜੀ ਸੀ ਨਾ, ਇੱਕ ਨੰਬਰ, ਨਾਲ ਪਨੀਰ ਅਤੇ ਨਾਲ, ਮਤਲਬ ਮਾਤਾ ਸਾਡੀ ਘੈਂਟ ਆ, ਦੋ ਦੋ ਚੀਜ਼ਾਂ ਨਾਲ ਸਾਨੂੰ ਰੋਟੀ ਖਵਾਉਂਦੀ ਹੈ। ਵੀ ਇੱਕ ਚੀਜ਼ ਤਾਂ ਕਹਿੰਦੇ ਖਾਣੀ ਨਹੀਂ ਰੋਟੀ ਦੇ ਵਿੱਚ, ਅਤੇ ਦੋ ਸਬਜ਼ੀਆਂ ਅਤੇ ਰੋਟੀ ਤਾਂ ਆਪਾਂ ਖਾ ਲਈ। ਅਤੇ ਹੁਣ ਜਿੱਦਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਵਾ, ਆਪਾਂ ਜਾਣਾ ਵਾ ਤੁਹਾਨੂੰ ਮੇਲਾ ਘੁਮਾਉਣ। ਅਤੇ ਮੇਲਾ ਘੁਮਾਉਣ ਵਾਸਤੇ ਜਿਹੜੀ ਆਪਾਂ ਕਾਰ ਉਹ ਲਾਤੀ ਆ ਘਰੇ, ਅਤੇ ਕਿਉਂਕਿ ਯਾਰ ਉੱਥੇ ਰਸ਼ ਬਹੁਤ ਹੋਣਾ ਅਤੇ ਕਾਰ ਦੇ ਉੱਤੇ ਕਿੱਥੇ ਪੀ 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 ਮਾਰਦੇ ਰਹਾਂਗੇ, ਕੋਈ ਫਾਇਦਾ ਨਹੀਂ ਗਾ। ਉਸ ਕਰਕੇ ਆਪਾਂ ਜਾਣਾ ਵਾ ਮੋਟਰਸਾਈਕਲ 'ਤੇ, ਅਤੇ ਆ ਜਾਓ ਆਪਾਂ ਚੱਲਦੇ ਹਾਂ, ਤੁਹਾਨੂੰ ਨਾਲੇ ਮੇਲਾ ਘੁਮਾ ਕੇ ਲਿਆਉਂਦੇ ਹਾਂ। ਆ ਜਾ ਮਿੱਤਰੋ, ਤਾਂ ਆਪਾਂ ਕੱਢ ਲਈ ਆਪਦੀ ਬਾਈਕ ਅਤੇ ਗਲਵਸ ਵਗੈਰਾ ਵਿੱਚ ਪਏ ਆ, ਅਤੇ ਇਹਦੇ 'ਤੇ ਤੁਹਾਨੂੰ ਅੱਜ ਵਿਖਾਉਣੇ ਆਪਾਂ ਮੇਲਾ ਅਤੇ ਸਟਾਰਟ ਕਰ ਲਈ। ਅੱਜ ਆਪਾਂ ਨਾਲ ਦੀ ਨਾਲ ਮੋਟੋ ਵਲੋਗਿੰਗ ਵੀ ਸਟਾਰਟ ਕਰਨੀ ਹੈ, ਅਤੇ ਅੱਜ ਚੱਲਦੇ ਹਾਂ। ਮੇਲੇ ਵਾਲਾ ਰੋਡ ਚੜ੍ਹ ਗਏ ਹਾਂ ਅਤੇ ਇਸ ਰੋਡ ਦੇ ਉੱਤੇ ਨਾਲ ਹੀ ਆਪਣੇ ਬਿਲਕੁਲ ਬੱਸ ਸਟੈਂਡ ਆ ਜਾਂਦਾ ਵਾ। ਬੱਸ ਸਟੈਂਡ ਦੇ ਉੱਤੇ ਬਿਲਕੁਲ ਪੂਰੇ ਰੋਡ ਦੇ ਉੱਤੇ ਮੇਲਾ ਲੱਗਦਾ, ਬੱਸ ਸਟੈਂਡ ਤੋਂ ਲੈ ਕੇ ਗੁਰਦੁਆਰੇ ਵਾਲੀ ਰੋਡ ਤੱਕ ਪ੍ਰੋਪਰ ਮੇਲਾ ਲੱਗਦਾ ਜਿਹੜਾ ਇੱਥੇ। ਅਤੇ ਆਹ ਦੇਖੋ ਵਿਚਾਰੇ ਕਿੱਦਾਂ ਬੈਠੇ ਹੋਏ ਆ। ਅਤੇ ਇਸ ਟਾਈਮ ਜਿਹੜਾ ਬਾਜ਼ਾਰ ਦੇ ਵਿੱਚ ਸਮਾਨ ਲੈ ਕੇ ਚਲੇ ਜਾਂਦੇ ਅਤੇ ਰਾਤ ਨੂੰ ਇੱਥੇ ਰਹਿੰਦੇ, ਕਿਉਂਕਿ ਇਹਨਾਂ ਕੋਲ ਰਾਤ ਨੂੰ ਰਹਿਣ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਫਿਰ, ਤਾਂ ਕਰਕੇ ਇੱਥੇ ਰਹਿੰਦੇ ਆ। ਫਾਈਨਲੀ ਆ ਜਿਹੜੀ ਆ ਮੇਲੇ ਵਾਲੀ ਰੋਡ ਆ ਗਈ ਆ ਅਤੇ ਰਸ਼ ਕਿੰਨਾ ਜ਼ਿਆਦਾ ਸਟਾਰਟਿੰਗ ਦੇ ਵਿੱਚ ਰਸ਼ ਹੋ ਗਿਆ ਵਾ। ਅਤੇ ਇੱਧਰਲੇ ਪਾਸੇ ਸਾਰੇ ਆਈਲੈਟ ਸੈਂਟਰ ਆ ਜਾਂਦੇ ਆ, ਇੱਧਰ ਸਾਹਮਣੇ ਸਿੱਧਾ ਮੇਲਾ ਆ ਜਾਂਦਾ ਵਾ। ਤਾਂ ਤੁਸੀਂ ਰਸ਼ ਵੇਖੋ ਕਿੰਨਾ ਜ਼ਿਆਦਾ ਮੇਲੇ ਦੇ ਉੱਤੇ ਰਸ਼ ਹੋਇਆ ਹੋਇਆ। ਉਹ ਅੱਡੀ ਕਿੱਧਰ ਆ ਰਹੇ ਹੋ ਸਾਈਡ 'ਤੇ, ਅਤੇ ਮੇਲੇ 'ਤੇ ਰਸ਼ ਸਾਰਾ ਵਿੱਚੇ, ਅਤੇ ਦੇਖੋ ਪ੍ਰੋਪਰ ਰਸ਼ ਇੱਧਰ ਆਸੇ ਪਾਸੇ ਦੇ ਏਰੀਏ ਦੇ ਵਿੱਚ ਵੀ ਪੂਰੇ ਓਵਰ ਆਪਣੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਾਘੀ ਦਾ ਮੇਲਾ ਮੁਕਤਸਰ ਦਾ ਬਹੁਤ ਜ਼ਿਆਦਾ ਮਸ਼ਹੂਰ ਆ। ਇੱਧਰ ਲੱਗੀਆਂ ਹੋਈਆਂ ਆਪਣੇ ਕੱਪੜੇ ਦੀਆਂ ਸੇਲਾਂ ਵਗੈਰਾ ਲੱਗੀਆਂ ਹੋਈਆਂ, ਅਤੇ ਇੱਧਰ ਰਸ਼ ਦੇ ਵਿੱਚ ਆ ਰਹੇ ਆ ਲੋਕ, ਅਤੇ ਮੇਲਾ ਇੰਜੋਏ ਕਰਦੇ ਹੋਏ ਆ। ਅਤੇ ਉਹ ਦਿੱਲੀ ਨੰਬਰ 41 ਉਹਦਾ ਪੈਸਾ ਪਾਸੇ ਵਜੋਂ ਸਾਨੂੰ ਲੰਘ ਜਾਂਦੇ, ਅਤੇ ਫਾਈਨਲੀ ਆਪਾਂ ਲੰਘ ਚੁੱਕੇ ਹਾਂ। ਅਤੇ ਹੁਣ ਸਾਹਮਣੇ ਸਿੱਧਾ ਮੇਲਾ ਵਾ, ਇੱਧਰ ਵੇਖੋ ਅਲੱਗ ਅਲੱਗ ਅਤੇ ਗੁਬਾਰੇ ਵਗੈਰਾ, ਮੈਂ ਕਹਿੰਦਾ ਪੁੱਛੋ ਨਾ ਜੀ, ਬਹੁਤ ਬਹੁਤ ਜ਼ਿਆਦਾ ਕੁਛ ਲੱਗਿਆ ਹੋਇਆ। ਅਤੇ ਸਾਥ ਹੀ ਸਾਥ ਉੱਪਰ ਪਤੰਗ ਉੱਡ ਰਹੇ ਨੇ, 41 ਜੋ ਦਾ ਆਪਾਂ ਨੂੰ ਬਲੋਕ ਕਰ ਰਿਹਾ, ਅਤੇ ਇਹਨੂੰ ਆਪਾਂ ਪਾਸਾ ਮਾਰ ਕੇ ਲੰਘਦੇ ਹੋਏ ਅਤੇ ਅੱਗੇ ਦੀ ਅੱਗੇ ਵੇਖੋ ਕਿੰਨਾ ਜ਼ਿਆਦਾ ਰਸ਼ ਆ ਕੇ, ਫਿਰ ਦੋ ਗੱਡੀ ਆ ਗਈ, ਫਿਰ ਬ੍ਰੇਕ ਬੰਦੀ ਪੈ ਗਈ। ਪਰ ਆਪਾਂ ਬ੍ਰੇਕ ਨਹੀਂ ਮਾਰਦੇ ਮੇਰੇ ਵੀਡੀਓ, ਕਿਉਂਕਿ ਆਪਾਂ ਸਪਰ ਡਰਾਈਵਰ ਆ, ਪ੍ਰੋ ਡਰਾਈਵਰ ਆ। ਆਸ਼ਕ ਸਾਹਿਬ ਨੂੰ ਦੋਸਤਾਂ ਨੂੰ ਆਸ਼ਕ ਸਾਹਿਬ ਲੱਗੇ ਹੁੰਦੇ ਆ, ਅਤੇ ਪੂਰਾ ਆਪਣੇ ਆਪ ਨੂੰ ਫੀਲਿੰਗ ਦੇ ਵਿੱਚ ਆ ਰਿਹਾ ਕਿ ਮੈਂ ਹੀ ਹਾਂ ਬਸ। ਉਹ ਦੇਖਿਆ ਤੁਸੀਂ ਕਿੰਨਾ ਰਸ਼ ਹੁੰਦਾ ਮੇਲੇ ਦੇ ਵਿੱਚ, ਉੱਥੇ ਤੋਂ ਕਾਰ ਆ ਜਾਣੀ ਸੀ ਆਪਣੀ, ਕਾਰ ਨਹੀਂ ਸੀ ਆਉਣੀ, ਅਤੇ ਸਾਈਡ 'ਤੇ ਆਪਾਂ ਲਾ ਕੇ ਇੱਧਰ ਝੂਲੇ ਵਗੈਰਾ ਲੱਗੇ ਹੋਏ ਆ, ਝੂਲੇ ਹੁਣੇ ਤੁਹਾਨੂੰ ਸਵੇਰੇ ਵਿਖਾਵਾਂਗੇ। ਅਤੇ ਅੱਜ ਤੁਹਾਨੂੰ ਸਿੰਪਲ ਇੱਧਰ ਰਸ਼ ਵਿਖਾਉਣੇ ਆ ਅਤੇ ਮੇਲਾ ਵਿਖਾਉਣੇ ਆ ਕਿੰਨਾ ਜ਼ਿਆਦਾ ਲੱਗਿਆ ਹੋਇਆ। ਸੌ ਰੁਪਏ ਕੇ ਬਾਰਾਂ, ਸੌ ਰੁਪਏ ਕੇ ਬਾਰਾਂ, ਸੌ ਰੁਪਏ ਕੇ ਬਾਰਾਂ, ਸੌ ਰੁਪਏ। ਇੱਕ
ਮਹਿਸੂਸ ਹੋਇਆ ਕਿ ਉਹ ਪੰਗੇ ਲੈਂਦੇ ਰਹਿੰਦੇ ਆ। ਮੈਂ ਵਿੱਚ ਵੱਜ ਨਹੀਂ ਮੁੜ ਕੇ, ਫਿਰ ਮੈਨੂੰ ਲੱਭ ਆ ਜਾਂਦੀ पार्किंग लोट जगह नहीं हैगी। लोग फिर भी पता नहीं क्यों 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 बिच कारा ते कारा पा पा करा रहे हैं, पर साइड तो आप कटते हुए अपन जाना पैना। प्रो ड्राइवर लो जी, अंकल भी प्रो ड्राइवर ने, ये भी कह रहे असि बिच दी ही जाना वा। लै एक हाथ नाल स्टाइल देता स्टाइल, अंकल जी वाह क्या बात है। ते चलो आप कसते हैं अगे मेले दे विच, ते मेले दे विच मेरे वीरियो जे तुसी रॉन्ग पार्किंग लाने तो गड्डियां भी चक्के जांदियां होणी, बूटा भी सेल लगी हुई है, ਰਾਬਾ ਦੀ ਸੇਲ ਲੱਗੀ ਹੋਈ ਆ। ਵਿੱਚ ਕੋਈ ਆਪਣੇ ਮਹਾਨ ਸਿੱਖ ਜਿਹੜੇ ਕਿ ਗੱਡੀ ਲਾ ਕੇ ਖੜੇ ਹੋਏ ਨੇ ਰਸ਼ ਕਰ ਰਹੇ ਨੇ, ਕੋਈ ਗੱਲ ਕਿੰਨਾ ਜ਼ਿਆਦਾ ਰਸ਼ ਆ ਤਾਂ ਤੁਸੀਂ ਵੇਖ ਰਹੇ ਹੋ ਕਿੰਨਾ ਜ਼ਿਆਦਾ ਰਸ਼ ਹੈਗਾ ਮੇਲੇ ਦੇ ਵਿੱਚ। ਅਤੇ ਪਤਾ ਨਹੀਂ ਐਕਸੀਡੈਂਟ ਹੋਇਆ ਕਿ ਕੀ ਚੱਕਰ, ਅਤੇ ਇੱਧਰਲੇ ਪਾਸਿਓਂ ਜਿਹੜੀ ਰਿਕਵਰੀ ਵੈਨ ਆ ਉਹ ਗੱਡੀ ਨੂੰ ਕਰਕੇ ਆ ਰਹੀ ਆ। ਬਾਕੀ ਵੇਖੋ ਕੀ ਚੱਕਰ ਆ ਕੀ ਨਹੀਂ ਚੱਕਰ ਹੈਗਾ। ਅਤੇ ਜਾਂ ਤਾਂ ਸ਼ਾਇਦ ਇੱਧਰਲੇ ਪਾਸੇ ਮਰੂਤੀ ਸੰਜੋਗੀ ਵਾਲਿਆਂ ਦੀ ਏਜੰਸੀ ਆ ਤਾਂ ਉੱਧਰੋਂ ਆ ਰਹੀ ਆ, ਜਾਂ ਇੱਥੇ ਐਕਸੀਡੈਂਟ ਹੋਈ ਆ, ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਕੀ ਹੋਇਆ। ਪਰ ਵੈਨ ਆ ਜਿਹੜੀ ਕਾਰ ਨੂੰ ਲੈ ਕੇ ਆਉਂਦੀ ਪਈ ਆ ਅਤੇ ਨਿਕਲ ਜਾਊਗਾ ਇਹਦੇ ਵਿੱਚੋਂ ਕਿ ਨਹੀਂ ਨਿਕਲਣਾ, ਜੇ ਲੱਗ ਗਿਆ ਤਾਂ ਐਵੇਂ ਲੜਾਈ ਪਊਗੀ, ਕੋਈ ਫਾਇਦਾ ਨਹੀਂ ਹੈਗਾ। ਸੋ ਆਪਾਂ ਨੂੰ ਵੇਟ ਕਰਨਾ ਹੀ ਵਧੀਆ ਰਹੂਗਾ। ਸੋ ਆਪਾਂ ਵੇਟ ਕਰਦੇ ਹਾਂ, ਜਦੋਂ ਨਿਕਲਦੇ ਫਿਰ ਮੈਂ ਤੁਹਾਨੂੰ ਮਿਲਦਾ ਵਾਂ। ਫਾਈਨਲੀ ਜਿਹੜੀ ਰਿਕਵਰੀ ਵੈਨ ਆ ਉਹ ਲੈ ਆਈ ਆ ਕਾਰ ਨੂੰ, ਜਾਣਦੇ ਹੋ।